ਤਾ ਮਾਮਲਾ ਸਾਹਮਣੇ ਆਂਦਾ ਹੈ ਕਿ ਕੇਂਦਰ ਦੇ ਵੱਲੋਂ ਪੰਜਾਬ ਦੇ ਵਿਕਾਸ ਦੇ ਲਈ ਜਿਹੜਾ ਫੰਡ ਜਾਰੀ ਕਰਨਾ ਸੀ 103 ਪ੍ਰੋਜੈਕਟਾਂ ਦੇ ਲਈ ਉਸ ਨੂੰ ਰੋਕ ਦਿੱਤਾ ਗਿਆ ਤੇ ਕੇਂਦਰ ਸਰਕਾਰ ਦੇ ਵੱਲੋਂ ਸਾਫ਼ ਤੌਰ ਤੇ ਮਨਾਂ ਕਰ ਦਿੱਤਾ ਗਿਆ ਕਿ ਅਸੀਂ ਪੰਜਾਬ ਦੇ ਲਈ ਫੰਡ ਉਦੋਂ ਤੱਕ ਨਹੀਂ ਜਾਰੀ ਕਰਨਗੇ ਜਦੋਂ ਤੱਕ ਕੇਂਦਰ ਸਰਕਾਰ ਦੀ ਐਨ ਜੀ ਡੀ ਐਸ ਸਕੀਮਾ ਹੈ ਉਸ ਨੂੰ ਚੰਗੀ ਤਰ੍ਹਾਂ ਦੇ ਨਾਲ ਪੰਜਾਬ ਸੂਬੇ ਦੇ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ ਪੂਰਾ ਮਾਮਲਾ ਕੀ ਹੈ ਉਸ ਬਾਰੇ ਵੀ ਜਾਣਕਾਰੀ ਦੇ ਦਿੰਦੇ ਆ ਪੰਜਾਬੀ ਟਰਬਿਊਨ ਦੇ ਹਵਾਲੇ ਦੇ ਨਾਲ ਖਬਰ ਦੀ ਜਾਣਕਾਰੀ ਦੇ ਰਹੇ ਹਾਂ ਦਰਅਸਲ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਦੇ ਲਈ ਵਿਸ਼ੇਸ਼ ਸਹਾਇਤਾ ਦੇ ਵਜੋਂ ਜਿਹੜੇ 103 ਪ੍ਰੋਜੈਕਟਾਂ ਦੇ ਲਈ 1837 ਕਰੋੜ ਰੁਪਏ ਦੇ ਫੰਡ ਨੂੰ ਲੈ ਕੇ ਰੁਕ ਲਗਾ ਦਿੱਤੀ ਹੈ ਪੰਜਾਬ ਸਰਕਾਰ ਨੇ ਸਾਲ 2023-24 ਦੇ ਫੰਡਾਂ ਦੇ ਲਈ ਜਿਹੜਾ 103 ਵਿਕਾਸ ਪ੍ਰੋਜੈਕਟ ਜਿਹੜੇ ਮੰਗੇ ਸਨ ਫੰਡ ਉਹ 6 ਜੁਲਾਈ ਨੂੰ ਚਿੱਠੀ ਭੇਜੀ ਸੀ ਪਰ ਕੇਂਦਰ ਸਰਕਾਰ ਦੇ ਮੰਤਰਾਲੇ ਦੇ ਵੱਲੋਂ ਪੰਜਾਬ ਵਿੱਤ ਵਿਭਾਗ ਨੂੰ ਪੱਤਰ ਭੇਜ ਦਿੱਤਾ ਗਿਆ ਹੈ ਤੇ ਕਿਹਾ ਗਿਆ ਹੈ ਜਦੋਂ ਤੱਕ ਸੂਬਾ ਸਰਕਾਰ ਕੇਂਦਰ ਦੀਆਂ ਹਦਾਇਤਾਂ ਦੀਆਂ ਟੁਕਮੀਆਂ ਪਾਲਣਾ ਨਹੀਂ ਕਰਦੀ ਹੈ ਉਦੋਂ ਤੱਕ ਕੇਂਦਰ ਫੰਡ ਜਾਰੀ ਨਹੀਂ ਕਰੇਗਾ ਕੇਂਦਰੀ ਵਿੱਤ ਮੰਤਰਾਲੇ ਨੇ ਕੇਂਦਰੀ ਫੰਡ ਨੂੰ ਰੋਕ ਕੇ ਜਾਣ ਦੇ ਪਿੱਛੇ ਆਯੁਸ਼ਮਨ ਭਾਰਤ ਹੈਲਥ ਐਂਡ ਵੈਲਨੈਸ ਸੈਂਟਰ ਸਕੀਮ ਦਾ ਹਵਾਲਾ ਦਿੱਤਾ ਹੈ ਤੇ ਕਿਹਾ ਹੈ ਕਿ ਪੰਜਾਬ ਨੂੰ ਜਾਰੀ ਫੰਡ ਜਿਹੜੇ ਹੈ ਉਹ ਮੋਕੇ ਨਿਰਦੇਸ਼ਾ ਨਿਰਦੇਸ਼ ਦੀ ਉਲੰਘਣਾ ਦਾ ਹਵਾਲਾ ਦੇ ਦਿੱਤਾ ਹੈ ਜ਼ਿਕਰਯੋਗ ਹੈ ਕਿ ਕੌਮੀ ਸਿਹਤ ਮਿਸ਼ਨ ਤਹਿਤ ਆਯੁਸ਼ਮਨ ਭਾਰਤ ਹੈਲਥ ਐਂਡ ਵੈਲਨੈਸ ਸੈਂਟਰ ਵਾਸਤੇ 1114.5 7 ਕਰੋੜ ਰੁਪਏ ਦਿੱਤੇ ਜਾਣੇ ਸਨ ਜਿਸ ਦੇ ਵਿੱਚ ਕੇਂਦਰ ਸਰਕਾਰ ਨੇ ਆਪਣੀ 60% ਹਿੱਸੇਦਾਰੀ ਤਹਿਤ 438.46 ਕਰੋੜ ਰੁਪਏ ਦੇ ਫੰਡ ਜਾਰੀ ਕਰਨੇ ਸਨ ਕੇਂਦਰ ਸਰਕਾਰ ਨੇ ਜਿਹੜੇ ਬਾਕੀ ਦੇ 6 ਲੱਖ 7000.11 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਉੱਤੇ ਰੋਕ ਲਗਾ ਦਿੱਤੀ ਹੈ ਕੇਂਦਰ ਦਾ ਇਤਰਾਜ਼ ਸੀ ਕਿ ਪੰਜਾਬ ਵਿਚਾਲੀ ਆਪ ਸਰਕਾਰ ਨੇ ਇਨਾ ਕੇਂਦਰ ਦੀ ਥਾਂ ਉੱਤੇ ਆਮ ਆਦਮੀ ਕਲੀਨਿਕ ਸਥਾਪਿਤ ਕਰ ਦਿੱਤੇ ਹੁਣ ਵੀ ਕੇਂਦਰ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਕੇਂਦਰੀ ਸਪான்ਸਰਡ ਸਕੀਮਾਂ ਦੀ ਬ੍ਰਾਂਡਿੰਗ ਅਤੇ ਨਾਮਕਰਨ ਬਾਰੇ ਲਾਜ਼ਮੀ ਸ਼ਰਤਾ ਦੀ ਪਾਲਣਾ ਨਹੀਂ ਕਰਦੀ ਉਹਨਾਂ ਸਮਾ ਉਪਰਕ ਉਪਰੋਕਤ ਫੰਡ ਜਾਰੀ ਨਹੀਂ ਕੀਤੇ ਜਾਣਗੇ ਕੇਂਦਰੀ ਸਰਕਾਰ ਨੇ ਪਹਿਲਾਂ ਵੀ ਆਮ ਆਦਮੀ ਕਲੀਨਿਕ ਉਤੇ ਇਤਰਾਜ਼ ਉਠਾਏ ਸਨ ਵਿੱਤ ਮੰਤਰਾਲੇ ਨੇ ਬ੍ਰਾਂਡਿੰਗ ਕੋਤਾਹੀ ਬਾਰੇ ਚੌਕਸ ਕਰਦੇ ਆ ਉਹਨਾਂ ਨੂੰ ਇਤਰਾਜ਼ਾਂ ਨੂੰ 30 ਸਤੰਬਰ ਤੱਕ ਦੂਰ ਕਰਨ ਦੇ ਲਈ ਕਿਹਾ ਸੀ ਸੂਬਾ ਸਰਕਾਰ ਦੇ ਇਹ ਕਿਸੇ ਵਿੱਤ ਸੰਕਟ ਤੋਂ ਘੱਟ ਨਹੀਂ ਹੈ ਚੇਤਾ ਰਹੇ ਚੇਤੇ ਰਹੇ ਕਿ ਕੇਂਦਰ ਸਰਕਾਰ ਦੇ ਵੱਲੋਂ ਸੂਬਿਆਂ ਨੂੰ ਪੂੰਜੀ ਖਰਚੇ ਵਾਸਤੇ ਉਤਸ਼ਾਹਿਤ ਕਰਨ ਲਈ ਵਿਆਜ ਮੁਕਤ ਕਰਜ਼ੇ ਦਿੱਤੇ ਜਾਂਦੇ ਹਨ ਇਸੇ ਦੇ ਤਹਿਤ ਹੀ ਸੂਬੇ ਨੂੰ ਪਹਿਲੇ ਪੜਾਅ ਵਿੱਚ 1807 ਕਰੋੜ ਰੁਪਏ ਦੇ ਫੰਡ ਜਿਹੜੇ ਹੈ ਉਫ ਫੰਡ ਕੀਤੇ ਗਈ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਇਸ ਦੇ ਨਾਲ ਹੀ ਦੱਸਦੀ ਹੈ ਕਿ ਕੇਂਦਰ ਕੇਂਦਰੀ ਫੰਡ ਰੋਕਣ ਦੇ ਨਾਲ ਪੰਜਾਬ ਦੇ ਅਹਿਮ ਵਿਕਾਸ ਪ੍ਰੋਜੈਕਟ ਜਿਹੜਾ ਕਿ 103 ਪ੍ਰੋਜੈਕਟ ਨੇ ਉਸ ਨੇ ਨਾਲ ਹੀ ਕਾਫੀ ਜ਼ਿਆਦਾ ਖਟਕੀ ਪਈ ਹੈ ਪਹਿਲਾਂ ਤੋਂ ਹੀ ਸੂਬਾ ਸਰਕਾਰ ਨੇ 103 ਵਿਕਾਸ ਪ੍ਰੋਜੈਕਟਾਂ ਦੀ ਸੂਚੀ ਅਤੇ ਉਹਨਾਂ ਦੇ ਲਾਗਤ ਖਰਚਿਆਂ ਦਾ ਵਿਸਥਾਰ ਕੇਂਦਰੀ ਵਿੱਤ ਮੰਤਰਾਲੇ ਨੂੰ ਪਹਿਲਾਂ ਹੀ ਪੇਜ ਦਿੱਤਾ ਸੀ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਕੇਂਦਰੀ ਇਤਰਾਜ਼ਾਂ ਨੂੰ ਦੂਰ ਕਰਨ ਦੇ ਲਈ ਆਮ ਆਦਮੀ ਕਲੀਨਿਕ ਨੂੰ ਲੈ ਕੇ ਕੋਈ ਨਵੀਂ ਰਾਤ ਲਾਸ਼ ਲਈ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਪੰਜਾਬੀ ਟ੍ਰਿਬਿਊਨ ਦੀ ਖਬਰ ਦੇ ਅਨੁਸਾਰ ਤੁਹਾਨੂੰ ਰਿਪੋਰਟ ਦੱਸੀ ਸੀ ਤੇ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ 103 ਵਿਕਾਸ ਫੰਡ ਸੀ ਵਿਕਾਸ ਪ੍ਰੋਜੈਕਟ ਸੀ ਉਹਨਾਂ ਦੇ ਲਈ ਫੰਡ ਕੇਂਦਰ ਦੇ ਵੱਲੋਂ ਜਾਰੀ ਕਰਨਾ ਸੀ ਤੇ ਲਗਭਗ ਕਰੋੜਾਂ ਦੇ ਵਿੱਚ ਇਹ ਫੰਡ ਸੀ ਪਰ ਕੇਂਦਰ ਦੇ ਵੱਲੋਂ ਫੰਡ ਜਾਰੀ ਕਰਨ ਤੋਂ ਰੋਕ ਦਿੱਤਾ ਗਿਆ ਜਿਸ ਦੇ ਵਿੱਚ ਕੇਂਦਰ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਆਮ ਆਦਮੀ ਮੁਹੱਲਾ ਕਲੀਨਿਕ ਸ਼ੁਰੂ ਕੀਤਾ ਗਿਆ ਉਸ ਦੇ ਉੱਪਰ ਇਤਰਾਜ਼ ਜਤਾਇਆ ਹੈ ਤਰਸਲ ਕੇਂਦਰ ਦਾ ਕਹਿਣਾ ਕਿ ਅਸੀਂ ਆਯੂਸ਼ਮਨ ਭਾਰਤ ਸਕੀਮ ਦੇ ਤਹਿਤ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਦੀ ਸ਼ੁਰੂਆਤ ਕਰਨ ਨੂੰ ਕਿਹਾ ਸੀ ਪਰ ਕੇਂਦਰ ਸਰਕਾਰ ਦੀ ਜਿਹੜੀ ਬ੍ਰਾਂਡਿੰਗਾਂ ਚੰਗੀ ਤਰ੍ਹਾਂ ਨਹੀਂ ਹੋਈ ਹੈ ਜਿਹੜਾ ਸਕੀਮ ਹੈ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਤਾਂ ਇਹ ਸੂਬਾ ਸਰਕਾਰ ਦੇ ਵੱਲੋਂ ਜਿਹੜਾ ਇਹ ਇਹ ਫੰਡ ਇਸ ਕਰਕੇ ਨਹੀਂ ਜਾਰੀ ਕੀਤਾ ਜਾਣਾਗਾ ਸੂਬਾ ਸਰਕਾਰ ਨੂੰ ਕਿਉਂਕਿ ਉਹਨਾਂ ਦੇ ਵੱਲੋਂ ਕੇਂਦਰ ਦੀ ਜਿਹੜੀ ਸਕੀਮ ਹੈ ਉਹ ਪੂਰਨ ਤੌਰ ਤੇ ਨਹੀਂ ਜੜੀ ਹੈ ਲਾਗੂ ਸੂਬੇ ਦੇ ਵਿੱਚ ਕੀਤੀ ਗਈ ਹੈ ਜਿਸ ਕਾਰਨ ਫੰਡ ਰੋਕ ਦਿੱਤੇ ਗਏ ਆ ਇਸ ਨਾਲ ਹੀ ਪੰਜਾਬ ਦੇ ਮੁੱਖ ਸਕੱਤਰ ਜਿਹੜੇ ਨੇ ਅਨੁਰਾਗ ਵਰਮਾ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਆਪਣਾ ਸਪਸ਼ਟਿਕਰਨ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੇ ਵੱਲੋਂ ਜਿਹੜਾ ਹੈ ਕੇਂਦਰੀ ਇਤਰਾਜ਼ ਦੂਰ ਕਰਨ ਦੇ ਲਈ ਸੁਝਾਅ ਜਿਹੜੇ ਹੈ ਉਹ ਪੇਸ਼ ਕੀਤੇ ਗਏ ਨੇ ਉਹਨਾਂ ਕਿਹਾ ਹੈ ਕਿ ਇਹਨਾਂ ਸੁਝਾਵਾਂ ਦੇ ਉੱਤਰ ਮੁੱਖ ਮੰਤਰੀ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੇਂਦਰੀ ਫੰਡ ਰੁਕ ਰੁਕਣ ਦੇ ਲਈ ਰੁਕਣ ਕਾਰਨ ਉਸਾਰੀ ਅਧੀਨ ਪ੍ਰੋਜੈਕਟ ਵਿਕਈ ਲਟਕ ਚੁੱਕੇ ਨੇ ਜੋ ਕਾਫੀ ਜ਼ਿਆਦਾ ਵੱਡੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦੇ ਲਈ ਇਹ ਜਿਹੜੇ ਪ੍ਰੋਜੈਕਟ ਹੈ ਉਹ ਸੰ ਤੇ ਹੁਣ ਉਹਨਾਂ ਦੇ ਵਿੱਚ ਦੇਰੀ ਹੋ ਰਹੀ ਹੈ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ